ਅਸੀਂ ਬੜੀ ਛੇਤੀ ਜਿਹੜੇ ਸਾਡੇ ਮੰਤਰੀ ਜੀ ਸ਼ਿਵਰਾਜ ਚੌਹਾਨ ਬਣੇ ਨੇ ਅਤੇ ਉਹਨਾਂ ਨਾਲ ਡਾਇਲੋਗ ਜਿਹੜਾ ਹੈ ਉਹ ਜਲਦੀ ਤੋਂ ਜਲਦੀ ਪੰਜਾਬ ਦੇ ਜਥੇਬੰਦੀਆਂ ਨਾਲ ਸ਼ੁਰੂ ਹੋਏਗਾ ਅਤੇ ਇਹ ਗੱਲ ਜਲਦੀ ਤੋਂ ਜਲਦੀ ਅਸੀਂ ਇਹਨੂੰ ਕਿਵੇਂ ਆਪਸ ਵਿੱਚ ਇਕੱਠਾ ਕੀਤਾ ਜਾ ਸਕਦਾ, ਇਹਨੂੰ ਨੇੜੇ ਲਾਇਆ ਜਾ ਸਕਦਾ, ਇਹ ਗੱਲ ਅਸੀਂ ਲੀਡਰਸ਼ਿਪ ਨਾਲ ਕੀਤੀ ਆ ਅਤੇ ਕੁਛ ਦਿਨਾਂ 'ਚ ਇਹ ਗੱਲ ਜਿਹੜੀ ਆ ਸ਼ੁਰੂ ਹੋ ਜਾਣਗੇ। ਕਿਸਾਨਾਂ ਦਾ ਇਹ ਕਹਿਣਾ ਕਿ 30 ਤਰੀਕ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਗਵਰਨਮੈਂਟ ਪੱਕੇ ਤੌਰ ਤੇ ਤਾਲੇ ਲਾ ਜਾਣਗੇ। ਇਹਦੇ ਬਾਰੇ ਜ਼ਰੂਰ ਅਸੀਂ ਤਾਂ ਉਰੇ ਤੁਹਾਡੇ ਮੂਹਰੇ ਬੈਠੇ ਹਾਂ, ਇਸ ਬਾਰੇ ਕੋਈ ਜਾਣਕਾਰੀ ਨਹੀਂ ਗੀ, ਪਰ ਇਹ ਜ਼ਰੂਰ ਇਦੋਂ ਬਾਅਦ ਜਾਣਕਾਰੀ ਪ੍ਰਾਪਤ ਕਰਾਂਗੇ ਵੀ ਕੀ ਹੋਇਆ। ਉਹ ਅਸੀਂ ਬੜੀ ਛੇਤੀ ਜਿਹੜੇ ਸਾਡੇ ਮੰਤਰੀ ਜੀ ਸ਼ਿਵਰਾਜ ਚੌਹਾਨ ਬਣੇ ਨੇ ਅਤੇ ਉਹਨਾਂ ਨਾਲ ਡਾਇਲੋਗ ਜਿਹੜਾ ਹੈ ਉਹ ਜਲਦੀ ਤੋਂ ਜਲਦੀ ਪੰਜਾਬ ਦੇ ਜਥੇਬੰਦੀਆਂ ਨਾਲ ਸ਼ੁਰੂ ਹੋਏਗਾ ਅਤੇ ਇਹ ਗੱਲ ਜਲਦੀ ਤੋਂ ਜਲਦੀ ਅਸੀਂ ਇਹਨੂੰ ਕਿਵੇਂ ਆਪਸ ਵਿੱਚ ਇਕੱਠਾ ਕੀਤਾ ਜਾ ਸਕਦਾ, ਇਹਨੂੰ ਨੇੜੇ ਲਾਇਆ ਜਾ ਸਕਦਾ, ਇਹ ਗੱਲ ਅਸੀਂ ਲੀਡਰਸ਼ਿਪ ਨਾਲ ਕੀਤੀ ਆ ਅਤੇ ਕੁਛ ਦਿਨਾਂ 'ਚ ਇਹ ਗੱਲ ਜਿਹੜੀ ਆ ਸ਼ੁਰੂ ਹੋ ਜਾਣਗੇ। ਕਿਸਾਨਾਂ ਦਾ ਇਹ ਕਹਿਣਾ ਕਿ 30 ਤਰੀਕ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਗਵਰਨਮੈਂਟ ਪੱਕੇ ਤੌਰ ਤੇ ਤਾਲੇ ਲਾ ਜਾਣਗੇ। ਉਹ ਤਾਂ ਸਭ ਦਾ ਅਧਿਕਾਰ ਆ ਜੀ, ਕੋਈ ਵੀ ਕੁਛ ਕਹਿ ਸਕਦਾ ਕਰ ਸਕਦਾ ਜੀ। ਸਰ ਸ਼ੰਭੂ ਬਾਰਡਰ ਉੱਤੇ ਅੱਜ ਕਿਸਾਨ ਮੋਰਚੇ ਦੇ ਉੱਤੇ ਅਟੈਕ ਹੋਇਆ ਵਾ, ਉਹਨਾਂ ਦਾ ਕਹਿਣਾ ਵਾ ਕਿ ਬੀਜੇਪੀ ਨੇ ਕਰਵਾਇਆ ਵਾ, ਬੀਜੇਪੀ ਦੇ ਕਾਰਜਕਰਤਾ ਜਾਂ ਬੀਜੇਪੀ ਦੇ ਵੱਲੋਂ ਹੀ ਇਹ ਸਾਡੇ ਮੋਰਚੇ ਉੱਤੇ ਹਮਲਾ ਕਰਵਾਇਆ ਗਿਆ। ਕਿੱਥੇ ਹੋ ਗਿਆ ਹਮਲਾ? ਸ਼ੰਭੂ ਬਾਰਡਰ ਉੱਤੇ ਜਿਹੜਾ ਉਹਨਾਂ ਦਾ ਮੋਰਚਾ ਲੱਗਿਆ। ਇਹਦੇ ਬਾਰੇ ਜ਼ਰੂਰ ਅਸੀਂ ਤਾਂ ਉਰੇ ਤੁਹਾਡੇ ਮੂਹਰੇ ਬੈਠੇ ਹਾਂ, ਇਸ ਬਾਰੇ ਕੋਈ ਜਾਣਕਾਰੀ ਨਹੀਂ ਗੀ, ਪਰ ਇਹ ਜ਼ਰੂਰ ਇਦੋਂ ਬਾਅਦ ਜਾਣਕਾਰੀ ਪ੍ਰਾਪਤ ਕਰਾਂਗੇ ਵੀ ਕੀ ਹੋਇਆ। ਉਹ ਅਸੀਂ ਬੜੀ ਛੇਤੀ ਜਿਹੜੇ ਸਾਡੇ ਮੰਤਰੀ ਜੀ ਸ਼ਿਵਰਾਜ ਚੌਹਾਨ ਬਣੇ ਨੇ ਅਤੇ ਉਹਨਾਂ ਨਾਲ ਡਾਇਲੋਗ ਜਿਹੜਾ ਹੈ ਉਹ ਜਲਦੀ ਤੋਂ ਜਲਦੀ ਪੰਜਾਬ ਦੇ ਜਥੇਬੰਦੀਆਂ ਨਾਲ ਸ਼ੁਰੂ ਹੋਏਗਾ ਅਤੇ ਇਹ ਗੱਲ ਜਲਦੀ ਤੋਂ ਜਲਦੀ ਅਸੀਂ ਇਹਨੂੰ ਕਿਵੇਂ ਆਪਸ ਵਿੱਚ ਇਕੱਠਾ ਕੀਤਾ ਜਾ ਸਕਦਾ, ਇਹਨੂੰ ਨੇੜੇ ਲਾਇਆ ਜਾ ਸਕਦਾ, ਇਹ ਗੱਲ ਅਸੀਂ ਲੀਡਰਸ਼ਿਪ ਨਾਲ ਕੀਤੀ ਆ ਅਤੇ ਕੁਛ ਦਿਨਾਂ 'ਚ ਇਹ ਗੱਲ ਜਿਹੜੀ ਆ ਸ਼ੁਰੂ ਹੋ ਜਾਣਗੇ। ਕਿਸਾਨਾਂ ਦਾ ਇਹ ਕਹਿਣਾ ਕਿ 30 ਤਰੀਕ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਗਵਰਨਮੈਂਟ ਪੱਕੇ ਤੌਰ ਤੇ ਤਾਲੇ ਲਾ ਜਾਣਗੇ। ਉਹ ਤਾਂ ਸਭ ਦਾ ਅਧਿਕਾਰ ਆ ਜੀ, ਕੋਈ ਵੀ ਕੁਛ ਕਹਿ ਸਕਦਾ ਕਰ ਸਕਦਾ ਜੀ। ਸਰ ਸ਼ੰਭੂ ਬਾਰਡਰ ਉੱਤੇ ਅੱਜ ਕਿਸਾਨ ਮੋਰਚੇ ਦੇ ਉੱਤੇ ਅਟੈਕ ਹੋਇਆ ਵਾ, ਉਹਨਾਂ ਦਾ ਕਹਿਣਾ ਵਾ ਕਿ ਬੀਜੇਪੀ ਨੇ ਕਰਵਾਇਆ ਵਾ, ਬੀਜੇਪੀ ਦੇ ਕਾਰਜਕਰਤਾ ਜਾਂ ਬੀਜੇਪੀ ਦੇ ਵੱਲੋਂ ਹੀ ਇਹ ਸਾਡੇ ਮੋਰਚੇ ਉੱਤੇ ਹਮਲਾ ਕਰਵਾਇਆ ਗਿਆ। ਕਿੱਥੇ ਹੋ ਗਿਆ ਹਮਲਾ? ਸ਼ੰਭੂ ਬਾਰਡਰ ਉੱਤੇ ਜਿਹੜਾ ਉਹਨਾਂ ਦਾ ਮੋਰਚਾ ਲੱਗਿਆ। ਇਹਦੇ ਬਾਰੇ ਜ਼ਰੂਰ ਅਸੀਂ ਤਾਂ ਉਰੇ ਤੁਹਾਡੇ ਮੂਹਰੇ ਬੈਠੇ ਹਾਂ, ਇਸ ਬਾਰੇ ਕੋਈ ਜਾਣਕਾਰੀ ਨਹੀਂ ਗੀ, ਪਰ ਇਹ ਜ਼ਰੂਰ ਇਦੋਂ ਬਾਅਦ ਜਾਣਕਾਰੀ ਪ੍ਰਾਪਤ ਕਰਾਂਗੇ ਵੀ ਕੀ ਹੋਇਆ।